ਜਿੱਥੇ ਅੱਜ ਪੂਰੇ ਭਾਰਤ ਦੇ ਵਿੱਚ ਨੌਜਵਾਨ ਪੀੜ੍ਹੀ ਦੇ ਵੱਲੋਂ ਵੈਲੰਟਾਈਨ ਡੇ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ, ਉੱਥੇ ਹੀ ਲੁਧਿਆਣਾ ਦੇ ਵਿੱਚ ਇੱਕ ਅਜਿਹੀ ਸੰਸਥਾ ਹੈ ਜਿਸ ਦੇ ਵੱਲੋਂ ਇੱਕ ਨੇਕ ਉਪਰਾਲਾ ਕੀਤਾ ਗਿਆ ਹੈ। ਇਸ ਸੰਸਥਾ ਦੇ ਵੱਲੋਂ ਗਰੀਬ ਲੋੜਵੰਦ ਲੋਕਾਂ ਨੂੰ ਖਾਣਾ ਖਵਾਇਆ ਗਿਆ, ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਗਈ ਹੈ। ਦੱਸ ਦਈਏ ਕਿ ਲੁਧਿਆਣਾ ਦੀ ਕਰ ਭਲਾ ਹੋ ਭਲਾ ਸੁਸਾਇਟੀ ਦੇ ਨੌਜਵਾਨਾਂ ਦੇ ਵੱਲੋਂ ਵੈਲੰਟਾਈਨ ਡੇ ਨਾ ਮਨਾਉਂਦੇ ਹੋਏ ਵੈਲੰਟਾਈਨ ਡੇ ਦੇ ਮੌਕੇ ਦੇ ਉੱਪਰ 8ਵਾਂ ਰੋਟੀ ਡੇ ਮਨਾਇਆ ਗਿਆ ਹੈ ਅਤੇ ਇਸ ਮੌਕੇ ਮਨਜੋਤ ਮੱਕੜ ਅਤੇ ਰਿੰਕੂ ਮੱਕੜ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਆਪਣੇ ਇਸ ਉਪਰਾਲੇ ਦੇ ਬਾਰੇ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਗਈਆਂ ਅਤੇ ਇਸ ਤੋਂ ਇਲਾਵਾ ਉਹਨਾਂ ਦਾ ਹੋਰ ਕੀ ਕਹਿਣਾ ਰਿਹਾ, ਆਓ ਸੁਣਦੇ ਹਾਂ। ਸੇਵਾ ਟੀਮ ਵੱਲੋਂ ਜੋ ਕਿ 8 ਸਾਲਾਂ ਤੋਂ ਲਗਾਤਾਰ ਰੋਟੀ ਡੇ ਮਨਾ ਰਹੇ ਹਾਂ, ਅੱਜ 1 14 ਫਰਵਰੀ ਨੂੰ ਵੈਲੰਟਾਈਨ ਡੇ ਤਾਂ ਚਲੋ ਲੋਕ ਜਾਣਦੇ ਨੇ, ਇਹ ਕੁਛ ਲੋਕ ਪੁਲਵਾਮਾ ਦੇ ਵਿੱਚ ਨਾ ਜੰਮੂ ਕਸ਼ਮੀਰ 'ਚ ਆਪਣੇ ਫੌਜੀ ਸ਼ਹੀਦ ਹੋਏ ਸੀ, ਸ਼ਾਇਦ ਉਹਨੂੰ ਕੋਈ ਨਹੀਂ ਜਾਣ ਕਰਦਾ, ਇਸ ਲਈ ਅਸੀਂ ਜਿਹੜੇ ਬਲੈਕ ਡਰੈਸ ਪਾਈ ਹੈ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਵੇ। ਇੱਕ ਵੈਲੰਟਾਈਨ ਡੇ ਦਾ ਜਿਹੜਾ ਧੱਬਾ ਲੱਗਿਆ ਹੋਇਆ ਪੰਜਾਬ ਨੂੰ ਇੰਡੀਆ ਨੂੰ, ਅਸੀਂ ਕਹਿੰਦੇ ਉਹ ਮਿੱਟ ਜਾਣਾ ਚਾਹੀਦਾ, ਕਿਉਂਕਿ ਸਾਡੀ ਜਿਹੜੀ ਪਰੰਪਰਾ ਨਾ ਗੁਰੂ ਪੀਰਾਂ ਦੀ ਧਰਤੀ ਹੈ, ਲੋਕਾਂ ਦੀ ਲੋਕ ਭਲਾਈ ਦਾ ਕੰਮ ਕਰਨ ਵਾਲੀ, ਸੇਵਾ ਦੀ ਕਰਨ ਵਾਲੀ, ਇੱਕ ਸਾਡੇ ਸਾਨੂੰ ਪਰਿਵਾਰਾਂ ਵੱਲੋਂ ਜਾਂ ਸਾਡੇ ਵੱਡਿਆਂ ਵੱਲੋਂ ਇੱਕ ਸੰਦੇਸ਼ ਮਿਲਦਾ ਹੈ ਕਿ ਜਿੰਨਾ ਕਿਸੇ ਕੋਈ ਸਾਨੂੰ ਈਵੈਂਟ ਚਾਹੀਦਾ ਹੁੰਦਾ ਭਲਾ ਕਰਨ ਦਾ, ਇਸ ਲਈ ਅਸੀਂ ਈਵੈਂਟ ਦਾ ਨਾਮ ਰੱਖ ਲਿਆ ਰੋਟੀ ਡੇ। ਲੰਗਰ ਤਾਂ ਬਹੁਤ ਲੱਗਦੇ ਨੇ, ਪਰ ਇੱਕ ਇਹਨੂੰ ਹਾਈਲਾਈਟ ਕਰਨਾ ਚਾਹੁੰਦੇ ਹਾਂ ਕਿ 14 ਫਰਵਰੀ ਲੋਕ ਇਹ ਨਾ ਸਮਝਣ ਕਿ ਵੈਲੰਟਾਈਨ ਡੇ ਆਉਂਦਾ, ਇੱਕ ਇਹ ਸਮਝਣ ਕਿ ਇੱਕ ਰੋਟੀ ਡੇ ਆਉਂਦਾ 14 ਫਰਵਰੀ ਨੂੰ। ਅਸੀਂ ਇਸ ਲਈ ਅੱਜ ਰੋਟੀ ਡੇ ਮਨਾ ਰਹੇ ਹਾਂ ਅਤੇ ਤੁਹਾਡੇ ਮੀਡੀਆ ਸਾਰੇ ਜਿਹੜੇ ਭਰਾ ਸਾਨੂੰ ਸਾਥ ਦਿੰਦੇ ਨੇ, ਸਾਡੀ ਆਵਾਜ਼ ਦੂਰ ਦੂਰ ਤੱਕ ਲਿਜਾਣ, ਅਤੇ ਵੈਲੰਟਾਈਨ ਡੇ ਜਿਹੜੀ ਗੋਰਿਆਂ ਨੇ ਸ਼ੁਰੂ ਕੀਤਾ, ਇੰਡੀਆ ਦੇ ਕਲਚਰ ਪੰਜਾਬ ਦੇ ਲੋਕ ਇਹਨੂੰ ਅਪਣਾਉਣ ਨਾ, ਬਾਕੀ ਹੋਰ ਪਾਸੇ ਤੁਰਨ, ਪਿਆਰ ਕਰਨ ਦਾ ਤਰੀਕਾ ਤੁਹਾਨੂੰ ਸਭ ਕੁਝ ਦੱਸ ਹੀ ਦਿੱਤਾ ਵੇ, ਆਪਾਂ ਕਿਸੇ ਹੈਲਪ ਕਰਕੇ ਵੀ ਪਿਆਰ ਦਾ ਇਜ਼ਹਾਰ ਕਰ ਸਕਦੇ ਹਾਂ। ਬਾਕੀ 2 ਬੋਲ ਮੇਰਾ ਬੰਟੀ ਭਰਾ ਬੋਲੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮਨਜੋਤ ਮੱਕੜ, ਮੇਰੇ ਨਾਂ ਰਿੰਕੂ ਮੱਕੜ ਜੀ, ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਮਨੀ ਡਾਵਰ ਜੀ। ਤੁਹਾਨੂੰ ਜਿਵੇਂ ਪਤਾ ਹੈ ਸਾਡੀ NGO ਵੱਲੋਂ ਹਰ ਇੱਕ ਸਾਲ ਰੋਟੀ ਡੇ ਮਨਾਇਆ ਜਾਂਦਾ ਰੱਖ ਬਾਗ ਦੇ ਬਾਹਰ 14 ਫਰਵਰੀ ਨੂੰ, ਜਿਸ ਦਿਨ ਸਾਰੇ ਵੈਲੰਟਾਈਨ ਡੇ ਮਨਾਉਂਦੇ ਆ ਉਸ ਦਿਨ ਸਾਡੀ NGO ਤੁਹਾਨੂੰ ਪਤਾ ਇਹ ਰੋਟੀ ਡੇ ਮਨਾਉਂਦੀ ਹੈ। ਇਹ 8ਵੀਂ ਵਾਰ ਸਾਡੀ NGO ਰੋਟੀ ਡੇ ਮਨਾ ਰਹੀ ਹੈ। ਜਦੋਂ ਕਿ ਸਾਡੀ ਸਾਹ ਚੱਲਦੇ ਨੇ ਉਦੋਂ ਤੱਕ ਅਸੀਂ ਇੰਦਾ ਹੀ ਰੋਟੀ ਡੇ ਹਰ ਇੱਕ ਸਾਲ ਮਨਾਉਂਦੇ ਰਹਾਂਗੇ ਵੈਲੰਟਾਈਨ ਡੇ ਦੇ ਦਿਨ। ਰੱਬ ਸੁੱਖ ਰੱਖੇ, ਅਗਲੇ ਸਾਲ ਅਸੀਂ ਮੈਡੀਸਨ ਡੇ ਵੀ ਨਾਲ ਮਨਾਵਾਂਗੇ ਰੋਟੀ ਡੇ ਦੇ ਨਾਲ, ਤਾਂ ਕਿ ਜਿਹੜੇ ਲੋੜਵੰਦ ਨੇ ਜਿਹਨਾਂ ਨੂੰ ਜ਼ਰੂਰਤ ਹੈ ਉਹਨਾਂ ਦੀ ਜ਼ਰੂਰਤ ਪੂਰੀ ਹੋ ਸਕੇ। ਆਪਾਂ ਨੂੰ ਇਹ ਦਿਨ ਵੈਲੰਟਾਈਨ ਡੇ ਵਾਲੇ ਦਿਨ ਆਪਾਂ ਨੂੰ ਸਾਰੇ ਸ਼ੋਭਾ ਨਹੀਂ ਦਿੰਦੇ, ਆਪਣਾ ਪੰਜਾਬ ਹੈ, ਆਪਾਂ ਸਾਰੇ ਵੈਸਟਰਨ ਕਲਚਰ ਵੱਲ ਮਗਰ ਲੱਗੇ ਹੋਏ ਹਾਂ, ਗੋਰਿਆਂ ਦੇ ਦਿਨ 'ਤੇ ਆਪਾਂ ਤੁਰਦੇ ਪਏ ਹਾਂ, ਆਪਣਾ ਪੰਜਾਬ ਹੈ, ਆਪਾਂ ਪੰਜਾਬ ਦੇ ਇੱਥੋਂ ਰੋਟੀ ਡੇ ਮਨਾਈਏ ਤਾਂ ਕਿ ਪੂਰੇ ਪੰਜਾਬ 'ਚ ਰੋਟੀ ਡੇ ਮਨਾਇਆ ਜਾਵੇ। 14 ਫਰਵਰੀ ਨੂੰ ਜਿਹੜੀ ਵੈਲੰਟਾਈਨ ਡੇ ਦੀ ਸਟੈਂਪ ਲੱਗੀ ਹੈ ਆਪਾਂ ਉਹ ਹਟਾ ਕੇ ਰੋਟੀ ਡੇ ਦੀ ਸਟੈਂਪ ਲਾ ਦਈਏ ਤਾਂ ਕਿ ਪੂਰਾ ਪੰਜਾਬ ਰੋਟੀ ਡੇ ਮਨਾਵੇ 14 ਤਰੀਕ ਨੂੰ। ਆਉਣ ਵਾਲਾ ਟਾਈਮ ਜਿੱਦਾਂ ਵੀ 14 ਫਰਵਰੀ ਨੂੰ ਲੋਕ ਇੰਜੋਏ ਕਰਦੇ, ਲੇਕਿਨ ਇਸ ਟਾਈਮ ਰੋਟੀ ਡੇ ਮਨਾਇਆ ਕਰਨਗੇ ਲੋਕ? ਜ਼ਰੂਰ ਜੀ, ਜਿਵੇਂ ਅੱਜ ਦੇਖ ਲਓ ਆਪਾਂ ਮਨਾ ਰਹੇ ਹਾਂ, ਅੱਜ ਸਾਡੇ ਨਾਲ ਜਿਹੜਾ ਸਾਰੇ ਭਰਾ ਖੜੇ ਨੇ ਹਰ ਇੱਕ ਦੇ ਮਨ 'ਚ ਆਊਗਾ ਜੀ। ਵੈਲੰਟਾਈਨ ਡੇ ਮਨਾਉਣਾ ਜ਼ਰੂਰੀ ਨਹੀਂ ਆਪਾਂ ਪਿਆਰ ਫਲਾਵਰ ਦੇ ਕੇ ਆਪਾਂ ਸਾਂਝਾ ਕਰੀਏ, ਆਪਾਂ ਕਿਸੇ ਦਾ ਪੇਟ ਭਰ ਕੇ ਵੀ ਆਪਾਂ ਆਪਣਾ ਪਿਆਰ ਸਾਂਝਾ ਕਰ ਸਕਦੇ ਹਾਂ। ਜ਼ਰੂਰੀ ਆਪਾਂ ਫਲਾਵਰ ਦੇ ਕੇ ਪਿਆਰ ਵਧਦਾ ਹੋਵੇ, ਕਿਸੇ ਨੂੰ ਆਪਾਂ ਕਿਸੇ ਦੀ ਦੁਆਵਾਂ ਲਈਏ, ਉਹ ਵੀ ਸਭ ਤੋਂ ਵੱਡਾ ਪਿਆਰ ਜੀ, ਉਸ ਤੋਂ ਵੱਡਾ ਕੋਈ ਪਿਆਰ ਨਹੀਂ ਹੁੰਦਾ ਜੀ। ਲੱਗਦਾ ਵੀ ਤੁਸੀਂ ਸਭ ਤੋਂ ਵੱਡਾ ਨਾਮ ਦੇ ਚੱਲੇ 14 ਫਰਵਰੀ ਨੂੰ ਜਿਹੜਾ ਰੋਟੀ ਡੇ ਦਾ? ਚਲੋ ਉਹ ਤਾਂ ਜੀ ਵਾਹਿਗੁਰੂ ਨੂੰ ਪਤਾ ਜੀ, ਅਸੀਂ ਬਸ ਇੱਕ ਸ਼ੁਰੂ ਕਰਨਾ ਸੀ, ਅਸੀਂ ਸ਼ੁਰੂ ਕਰਤਾ ਹੈ ਇੰਦਾ ਹੀ। ਹਰ ਇੱਕ ਮੈਂ ਆਪਣੀ ਯੂਥ ਦੇ ਨੌਜਵਾਨ ਨੂੰ ਬੇਨਤੀ ਕਰਾਂਗਾ, ਇਹ ਵੈਸਟਰਨ ਕਲਚਰ ਦੇ ਦਿਨ ਛੱਡ ਕੇ ਆਪਣੇ ਪੰਜਾਬ ਦੇ ਦਿਨ ਜਿਹੜੇ ਹੈਗੇ ਨੇ, ਆਪਣਾ ਪੰਜਾਬ ਤੁਹਾਨੂੰ ਪਤਾ ਹੀ ਹੈ ਹਰ ਇੱਕ ਪਾਸੇ ਅੱਗੇ ਹੁੰਦਾ, ਲੰਗਰ ਲਾਉਣ 'ਚ, ਲੋਕਾਂ ਦੀ ਹੈਲਪ ਕਰਨ 'ਚ, ਭਾਵੇਂ ਜਿੱਥੇ ਮਰਜ਼ੀ ਹੋਵੇ। ਇਹ ਸ਼ੁਰੂ ਕਰਨ ਦੀ ਪ੍ਰੇਰਣਾ ਕਿੱਥੋਂ ਮਿਲੀ ਹੈ? ਚਲੋ ਜੀ, ਪ੍ਰੇਰਣਾ ਤਾਂ ਛੋਟਾ ਹੁੰਦਾ ਸੀਗਾ ਜੀ, ਉਦੋਂ ਹੀ ਸ਼ੁਰੂ ਕੀਤਾ 8 ਸਾਲ ਤੋਂ ਪਹਿਲਾਂ,
ਉਦੋਂ ਵੀ ਮੇਰੇ ਨਾਲ ਸਾਰੇ ਮੇਰੀ ਫੈਮਿਲੀ ਦਾ ਸਪੋਰਟ ਸੀਗਾ ਅਤੇ ਮੇਰੇ ਵੱਡੇ ਛੋਟੇ ਭਰਾਵਾਂ ਦਾ ਸਾਰਾ ਸਪੋਰਟ ਸੀਗਾ ਅਤੇ ਅੱਜ ਵੀ ਹੈ ਜੀ। ਹਰ ਇੱਕ ਸਾਲ ਅਸੀਂ ਰੋਟੀ ਡੇ ਮਨਾਵਾਂਗੇ ਵੈਲਟਨ ਡੇ ਵਾਲੇ ਦਿਨ। ਹਾਂਜੀ ਖਤਮ ਕਰਾਂਗੇ ਜੀ ਜ਼ਰੂਰ, ਬਸ ਇੰਨਾ ਹੀ ਸਾਰੇ ਭਰਾ ਸਾਥ ਦੇਣ, ਬਾਕੀ ਤੁਸੀਂ ਮੀਡੀਆ ਰਾਹੀਂ ਸਾਡਾ ਸਾਥ ਪਹੁੰਚਾਵੋ ਤਾਂ ਕਿ ਸਾਰਾ ਤੱਕ ਆਵਾਜ਼ ਆਵੇ, ਆਪਣਾ ਰੋਟੀ ਡੇ ਹਰ ਇੱਕ ਪਾਸੇ ਪੰਜਾਬ 'ਚ ਪੂਰੇ ਮਨਾਇਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਨਾਨਸੀ ਸ਼ਹੀਦਾਂ ਪ੍ਰਣਾਮ। ਪਰਮਾਤਮਾ ਨਾਲ ਲੈ ਕੇ ਕੰਮ ਸ਼ੁਰੂ ਕਰੀਦਾ ਜੀ। ਅੱਜ ਰੋਟੀ ਡੇ ਮਨਾ ਰਹੇ ਹਾਂ, 8ਵਾਂ ਰੋਟੀ ਡੇ ਆਪਣਾ ਰੱਖ ਵਗ ਦੇ ਬਾਹਰ, ਪਰਮਾਤਮਾ ਹੀ ਕਿਰਪਾ ਨਾਲ। ਅਤੇ ਯੂਥ ਨੂੰ ਸੁਨੇਹਾ ਦੇਣਾ ਚਾਹਾਂਗਾ, ਜਿਵੇਂ ਅੱਜ ਵੈਲੰਟਾਈਨ ਡੇ ਹੈ, ਮਨਜੋਤ ਦੀ ਵਧੀਆ ਸੋਚ ਸੀ ਅਤੇ 8 ਸਾਲ ਤੋਂ ਮਨਾ ਰਿਹਾ ਉਹਦੇ ਨਾਲ। ਕਰ ਪਲਾ ਹੋ ਪਲਾ ਸੰਸਥਾ ਅਤੇ ਬਲੱਡ ਸੇਵਾ ਟੀਮ ਦੋਵੇਂ ਸੰਸਥਾ ਰਲ ਕੇ ਮਨਾ ਰਹੀਆਂ ਜੀ। ਅਤੇ ਯੂਥ ਅੱਗੇ ਬੇਨਤੀ ਹੈ, ਜਿਵੇਂ ਵੈਲੰਟਾਈਨ ਡੇ ਮਨਾ ਰਹੇ ਉਹਦੀ ਜਗ੍ਹਾ ਰੋਟੀ ਡੇ ਬਣਾਓ, ਖੂਨਦਾਨ ਕੈਂਪ ਲਾਓ, ਮੈਡੀਸਨ ਡੇ ਬਣਾਓ, ਇਹੋ ਚੀਜ਼ਾਂ ਬਣਾਉਣੀ ਚਾਹੀਦੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 14 ਫਰਵਰੀ ਨੂੰ ਜਿੱਥੇ ਦੇਸ਼ ਪੂਰਾ ਦੇਸ਼ ਵੈਲੰਟਾਈਨਸ ਡੇ ਮਨਾ ਰਿਹਾ ਹੈ, ਉੱਥੇ ਹੀ ਮੇਰੇ ਛੋਟਾ ਵੀਰ ਮਨਜੋਤ ਮੱਕੜ ਜੀ, ਰਿੰਕੂ ਮੱਕੜ ਜੀ, ਇਹਨਾਂ ਨੇ ਪਿਛਲੇ 8 ਸਾਲਾਂ ਤੋਂ ਇੱਕ ਸ਼ੁਰੂਆਤ ਕੀਤੀ ਹੋਈ ਹੈ, ਉਹਦਾ ਨਾਂ ਹੈ ਰੋਟੀ ਡੇ। ਮੈਂ ਬਹੁਤ ਖੁਸ਼ ਹਾਂ ਕਿ ਇੰਨੀ ਛੋਟੀ ਉਮਰ 'ਚ ਇਹਨਾਂ ਨੇ ਇੱਕ ਬਹੁਤ ਵੱਡਾ 14 ਫਰਵਰੀ ਵਾਲੇ ਦਿਨ ਇਹ ਜੋ ਕੰਮ ਸ਼ੁਰੂ ਕੀਤਾ ਹੈ। ਅਤੇ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਚੜ੍ਹਦੀ ਕਲਾ ਵਿੱਚ ਰੱਖੇ, ਅਤੇ ਸਾਰੇ ਮੇਰੇ ਯੂਥ ਨੂੰ, ਮੇਰੀਆਂ ਭੈਣਾਂ ਨੂੰ, ਬਜ਼ੁਰਗਾਂ ਨੂੰ, ਭਰਾਵਾਂ ਨੂੰ ਬੇਨਤੀ ਹੈ ਕਿ ਇਸ ਐਨ ਜੀ ਓ ਦੇ ਨਾਲ ਆ ਕੇ ਜੁੜੋ ਅਤੇ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ। ਮੈਨੂੰ ਜਿੱਦਾਂ ਮਨਜੋਤ ਜੀ ਨੇ ਦੱਸਿਆ ਕਿ ਅਗਲੀ 14 ਫਰਵਰੀ ਨੂੰ ਰੋਟੀ ਦੇ ਨਾਲ ਨਾਲ ਮੈਡੀਸਨ ਡੇ ਵੀ ਮਨਾਇਆ ਜਾਊਗਾ। ਬਹੁਤ ਵੱਡੀ ਕਿਰਪਾ ਹੈਗੀ ਹੈ ਇਸ ਛੋਟੇ ਵੀਰ ਦੇ ਉੱਤੇ ਵਾਹਿਗੁਰੂ ਦੀ, ਅਤੇ ਇਹਨੂੰ ਮੈਂ ਆਲ ਦਾ ਬੈਸਟ ਕਹਿੰਦਾ ਕਿ ਇੱਦਾਂ ਚੰਗੇ ਚੰਗੇ ਕੰਮ ਕਰਦਾ ਰਹੇ, ਅਤੇ ਆਪਦਾ ਨਾਂ ਅਤੇ ਆਪਦੇ ਯਾਰਾਂ ਪਰਿਵਾਰਾਂ ਦਾ ਨਾਂ ਅਤੇ ਸਭ ਤੋਂ ਵੱਡਾ ਆਪਣੇ ਪੰਜਾਬ ਦਾ ਨਾਂ ਉੱਚਾ ਰੱਖ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਐਸਮਜਨ ਨਿਊਜ਼ ਦੇ ਲਈ ਅਭਿਸ਼ੇਕ ਜਲੋਟਾ ਦੀ ਰਿਪੋਰਟ।